ਜੇ ਮੈਂ ਭੈਣਾਂ ਨੂੰ ਕਵਾਂ ਕਿ ਤੁਹਾਡੇ ਫੇਸ ਦੀਆਂ ਛਾਈਆਂ ਠੀਕ ਹੋ ਜਾਣਗੀਆਂ, ਦਾਗ ਠੀਕ ਹੋ ਜਾਣਗੇ, ਝੁਰੜੀਆਂ ਠੀਕ ਹੋ ਜਾਣਗੀਆਂ, ਪਰ ਤੁਸੀਂ ਮੰਨਣਾ ਨਹੀਂ। ਪਰ ਦੋਸਤੋ, ਮੇਰੇ ਜਿਹੜੇ ਕਿਤੇ ਫੇਸ ਤੇ ਹਲਕੀਆਂ ਹਲਕੀਆਂ ਛਾਈਆਂ ਜਿਹੜੀਆਂ ਹੋਣੀਆਂ ਸਟਾਰਟ ਹੋ ਗਈਆਂ ਸੀਗੀਆਂ, ਤੇ ਮੈਂ ਆ ਚੀਜ਼ ਨੂੰ 1 ਮਹੀਨਾ ਵਰਤਿਆ ਤੇ ਸੱਚੀਓ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਮਿਲਿਆ, ਕਿਉਂਕਿ ਛਾਈਆਂ ਦੀ ਪ੍ਰੋਬਲਮ ਅੱਜ ਕੱਲ ਬਹੁਤ ਜ਼ਿਆਦਾ ਹੁੰਦੀ ਹੈ ਤੇ ਛੇਤੀ ਠੀਕ ਵੀ ਨਹੀਂ ਹੁੰਦੀ। ਤੇ ਤੁਸੀਂ ਆ ਦੋ ਨੇਚਰਲ ਚੀਜ਼ਾਂ ਜਿਹੜੀਆਂ ਯੂਜ਼ ਕਰਨੀਆਂ, ਇੱਕ ਆਪਾਂ ਅਲਸੀ ਦੇ ਬੀਜ ਲਏ ਆ ਜੀ, ਇੱਕ ਆਪਾਂ ਲਏ ਆ ਜੀ ਬਦਾਮ। ਇਹਨਾਂ ਦੋਨਾਂ ਨੂੰ ਆਪਾਂ 2-3 ਘੰਟੇ ਪਹਿਲਾਂ ਭਿਉਂ ਕੇ ਰੱਖਤਾ ਸੀਗਾ। 2 ਚਮਚ ਆਪਾਂ ਅਲਸੀ ਦੇ ਬੀਜ ਲਏ ਆ, ਇਹ ਫੁੱਲ ਕੇ ਜਿਹੜੇ ਕਿ ਕਾਫੀ ਬਣ ਚੁੱਕੇ ਆ, ਤੇ ਇੱਧਰ ਆਪਾਂ 5-7 ਜਿਹੜੇ ਕਿ ਬਦਾਮ ਲਏ ਆ। ਹੁਣ ਆਪਾਂ ਇਹਨਾਂ ਵਿੱਚੋਂ ਪਾਣੀ ਕੱਢ ਕੇ ਤੁਸੀਂ ਮਿਕਸੀ ਵਾਲਾ ਜੱਗ ਜਿਹੜਾ ਕਿ ਪਲੇਨ ਲੈ ਲੈਣਾ, ਯਾਨੀ ਕਿ ਬਿਲਕੁਲ ਸਾਫ਼ ਹੋਵੇ, ਮਿਰਚਾਂ ਵਾਲਾ ਨਾ ਹੋਵੇ, ਤੇ ਉਹਦੇ ਵਿੱਚ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਗ੍ਰਾਈਂਡ ਕਰ ਲਈਏ। ਤੇ ਹੋਰ ਇਹਦੇ ਵਿੱਚ ਬਹੁਤ ਸਾਰਾ ਸਮਾਨ ਪੈਣਾ, ਉਹ ਵੀ ਨੈਚੁਰਲੀ ਹੋਊਗਾ, ਤੇ ਉਹ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਦੱਸਦੇ ਹਾਂ। ਪਹਿਲਾਂ ਆਪਾਂ ਕੀ ਕਰਦੇ ਹਾਂ, ਇਸ ਪਾਣੀ ਨੂੰ ਛਾਣ ਕੇ ਤੇ ਆਪਾਂ ਪੀਸ ਲੈਨੇ ਆ। ਆ ਦੇਖੋ, ਇਸ ਤਰ੍ਹਾਂ ਆਪਾਂ ਪਾਣੀ ਜਿਹੜਾ ਇਹਦੇ ਵਿੱਚੋਂ ਮੋਟਾ ਮੋਟਾ ਕੱਢਤਾ, ਤੇ ਹੁਣ ਆਪਾਂ ਇਹਨੂੰ ਜੱਗ ਵਿੱਚ ਪਾ ਲੈਨੇ ਆ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਤੁਸੀਂ ਬਦਾਮ ਕਰਨੇ ਆ, 4-5 ਬਦਾਮ ਲਏ ਹੈਗੇ ਆ। ਤੇ ਲਓ ਜੀ, ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਦਾ ਪਹਿਲਾਂ ਪੇਸਟ ਬਣਾ ਲਈਏ। ਤੇ ਲਓ ਜੀ, ਹੁਣ ਆਪਾਂ ਇਹਨੂੰ ਜਿਹੜਾ ਕਿ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਿਆ, ਤੇ ਜੇ ਤੁਹਾਨੂੰ ਲੱਗੇ ਤਾਂ ਤੁਸੀਂ ਇਹਦੇ ਵਿੱਚ ਥੋੜ੍ਹਾ ਮੋਟਾ ਜਿਹੜਾ ਕਿ ਗ੍ਰਾਈਂਡ ਕਰਦੇ, ਉਹੀ ਜਿਹੜਾ ਤੁਸੀਂ ਪਾਣੀ ਪੁਣਿਆ ਉਹ ਜਿਹੜਾ ਕਿ ਪਾ ਸਕਦੇ ਹੋ। ਤੇ ਫਿਰ ਹੁਣ ਤੁਸੀਂ ਲੈਣਾ ਜੀ ਮਲਮਲ ਦਾ ਕੱਪੜਾ, ਮਲਮਲ ਦੇ ਕੱਪੜੇ ਦੇ ਵਿੱਚ ਜਿਹੜਾ ਕਿ ਆਪਾਂ ਇਹਨੂੰ ਛਾਣ ਲਾਂਗੇ। ਇਸ ਤਰ੍ਹਾਂ ਜਿਹੜਾ ਕਿ ਇਹ ਜਿਹੜਾ, ਹਾਂ ਦੇਖੋ ਤੁਸੀਂ, ਕਰੀਮ ਫਾਰਮ ਦੇ ਵਿੱਚ ਜਿਹੜਾ ਕਿ ਇਹ ਨਿਕਲ ਜੂਗਾ। ਲਓ ਜੀ, ਅਤੇ ਇਹਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਮਿਕਸ ਕਰਨੀਆਂ ਜੀ ਉਹ ਆਪਾਂ ਤੁਹਾਨੂੰ ਦੱਸਦੇ ਹਾਂ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਐਲੋਵੀਰਾ ਜੈੱਲ। ਆਹ ਦੇਖੋ ਤੁਸੀਂ, ਇਸ ਤਰ੍ਹਾਂ ਦਾ ਇਹ ਪੇਸਟ ਜਿਹੜਾ ਕਿ ਬਣ ਗਿਆ ਸੀਗਾ, ਅਤੇ ਇਹਦੇ 'ਚ ਆਪਾਂ ਐਲੋਵੀਰਾ ਜੈੱਲ ਪਾਵਾਂਗੇ ਜੀ 1 ਚਮਚ। ਠੀਕ ਹੈ ਜੀ, ਐਲੋਵੀਰਾ ਜੈੱਲ ਹੋ ਗਈ, ਅਤੇ ਮੇਰੀ ਸਕਿਨ ਹੈਗੀ ਹੈ ਜੀ ਡਰਾਈ, ਇਸ ਲਈ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਕੋਕੋਨਟ ਆਇਲ ਵੀ ਪਾਉਂਗੀ, ਅਤੇ ਜੇ ਤੁਹਾਡੀ ਸਕਿਨ ਜਿਹੜੀ ਕਿ ਓਇਲੀ ਹੈਗੀ ਹੈ ਤਾਂ ਤੁਸੀਂ ਕੋਕੋਨਟ ਆਇਲ ਨਾ ਪਾਇਓ। 1 ਚਮਚੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨਾਰੀਅਲ ਦਾ ਤੇਲ, ਅਤੇ ਹੁਣ ਆਪਾਂ 1 ਪਾਵਾਂਗੇ ਇਹਦੇ ਵਿੱਚ ਵਿਟਾਮਿਨ ਈ ਦਾ ਕੈਪਸੂਲ, 1 ਆਪਾਂ ਇਹਦੇ ਵਿੱਚ ਵਿਟਾਮਿਨ ਈ ਦਾ ਕੈਪਸੂਲ ਪਾ ਦਿੰਦੇ ਹਾਂ, ਅਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜ੍ਹੀ ਜਿਹੀ ਪਾਵਾਂਗੇ ਜੀ ਗਲਿਸਰੀਨ। ਗਲਿਸਰੀਨ ਵੀ ਆਪਣੇ ਜਿਹੜੇ ਕਿ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ, ਇਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਪਾਉਣੀਆਂ, ਕੋਈ ਚੀਜ਼ ਵੀ ਤੁਸੀਂ ਮਿਸ ਨਹੀਂ ਕਰਨੀ ਗੀ। ਇਹ ਜਿਹੜੀਆਂ 5-6 ਚੀਜ਼ਾਂ ਹੋ ਗਈਆਂ ਜੀ, ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ, ਯਾਨੀ ਕਿ ਇਹਨੂੰ ਮਿਲਾ ਲੈਂਦੇ ਹਾਂ ਵੀ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ। ਇਸ ਤੋਂ ਵਧੀਆ ਕਰੀਮ ਕੋਈ ਵੀ ਨੈਚੁਰਲ ਜਿਹੜੀ ਕਿ ਨਹੀਂ ਹੋ ਸਕਦੀ, ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਕੁਛ ਇਹਨਾਂ ਕਰੀਮਾਂ ਦੇ ਵਿੱਚ ਮਿਲਾਇਆ ਹੁੰਦਾ, ਅਤੇ ਇੱਕ ਨੈਚੁਰਲ ਜੀ ਕਰੀਮ ਜਿਹੜੀ ਤੁਹਾਡੀਆਂ ਛਾਈਆਂ ਨੂੰ ਠੀਕ ਕਰੂਗੀ, ਨਾਲੇ ਤੁਹਾਡੇ ਝੁਰੜੀਆਂ ਜਿਹੜੀਆਂ ਪੈਂਦੀਆਂ ਨੇ ਉਹਨਾਂ ਨੂੰ ਠੀਕ ਕਰੂਗੀ। ਅਤੇ ਇਸ ਕਰੀਮ ਨੂੰ ਤੁਸੀਂ ਜਿਹੜਾ ਕਿ ਕੱਚ ਦੀ ਸ਼ੀਸ਼ੀ ਦੇ ਵਿੱਚ ਹੀ ਜਿਹੜਾ ਕਿ ਭਰ ਕੇ ਰੱਖਣਾ, ਕਿਉਂਕਿ ਫਿਰ ਇਹ ਖਰਾਬ ਨਹੀਂ ਹੋਊਗੀ, ਅਤੇ ਇੱਕ ਜਿਹੜਾ ਕਿ ਇਹਨੂੰ ਤੁਸੀਂ ਰੂਮ ਟੈਂਪਰੇਚਰ 'ਤੇ ਹੀ ਰੱਖਣਾ ਹੈਗਾ, ਤਾਂ ਜੋ ਕਰੀਮ ਬਿਲਕੁਲ ਵਧੀਆ ਪੇ ਰਹੂਗੀ। ਜਿਵੇਂ ਜ਼ਿਆਦਾ ਗਰਮੀ ਹੈਗੀ ਹੈ, ਤੁਹਾਨੂੰ ਲੱਗਦਾ ਵੀ ਜ਼ਿਆਦਾ ਗਰਮੀ ਦੇ ਵਿੱਚ ਇਹਨੂੰ ਨਹੀਂ ਰੱਖਣਾ, ਤਾਂ ਤੁਸੀਂ ਇਹਨੂੰ ਫਰਿੱਜਰ ਦੇ ਵਿੱਚ ਵੀ ਰੱਖ ਸਕਦੇ ਹੋ। ਇਹ ਤੁਸੀਂ ਜਿਹੜਾ ਕਿ ਬਸ 10 ਕੁ ਦਿਨਾਂ ਦੀ ਹੀ ਬਣਾ ਕੇ ਰੱਖਿਓ, ਜ਼ਿਆਦਾ ਨਹੀਂ। ਅਤੇ ਆਹ ਦੇਖੋ ਤੁਸੀਂ, ਇਸ ਤਰ੍ਹਾਂ ਬਹੁਤ ਹੀ ਵਧੀਆ ਕਰੀਮ ਹੈ ਜਿਹੜੀ ਕਿ ਬਣ ਚੁੱਕੀ ਆ, ਅਤੇ ਇਸ ਤਰ੍ਹਾਂ ਤੁਸੀਂ ਆਪਣੇ ਸਾਰੇ ਫੇਸ 'ਤੇ ਲਾ ਕੇ ਰਾਤ ਨੂੰ ਸੌਂ ਜਾਣਾ, ਅਤੇ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਜਿਨ੍ਹਾਂ ਦੇ ਵੀ ਇਹ ਪ੍ਰੋਬਲਮਸ ਨੇ ਛਾਈਆਂ ਦੀਆਂ, ਝੁਰੜੀਆਂ ਦੀਆਂ, ਉਹਨਾਂ ਦੀ ਇਹ ਪ੍ਰੋਬਲਮ ਠੀਕ ਹੋ ਜਾਵੇ।